इस वीडियो को लाइक करें, हमारे चैनल को सब्सक्राइब कर बेल आइकन जरूर प्रेस करें हमारी न्यू वीडियो सबसे पहले देखने के लिए। हाँ जी ਪ੍ਰੀਤ, ਮੇਰੀ ਗੱਲ ਧਿਆਨ ਨਾਲ ਸੁਣ ਲੈ। ਬਹੁਤ ਟਾਈਮ ਹੋ ਗਿਆ ਤੈਨੂੰ ਲਾਰੇ ਲਾਉਂਦੀ ਲਾਰੇ ਲਾਉਂਦੀ। ਜੋ ਅੱਜ ਤੈਨੂੰ ਮੈਂ ਗੋਲੀਆਂ ਦਿੱਤੀਆਂ ਉਹ ਦੁੱਧ ਚ ਪਾ ਦੀ ਜੇ ਮੈਨੂੰ ਪਿਆਰ ਕਰਦੀ। ਪਿਆਰ ਤਾਂ ਬਹੁਤ ਕਰਦੀ ਆ, ਪਰ ਡਰ ਲੱਗਦਾ ਕਿਤੇ ਗੋਲੀਆਂ ਨਾਲ ਤੇ ਹੋ ਨਾ ਜਾ ਕੁਝ। ਉਹ ਕੁਝ ਨਹੀਂ ਹੁੰਦਾ ਤੇਰੇ ਘਰਦਿਆਂ ਨਾਲ, ਉਹ ਦੋ ਦੋ ਪਾ ਦੀ ਸਾਰਿਆਂ ਨੂੰ। ਚੱਲ ਦੇਖਦੀਆਂ ਕਰਦੀਆਂ ਕੋਈ ਹੱਲ। ਉਹ ਹਾਲਤ ਆ ਇਹ ਹੀ ਹੈ ਜੋ ਮੈਂ ਤੈਨੂੰ ਦੇ ਕੇ ਗਿਆ। ਚੱਲ ਠੀਕ ਹੈ, ਆਪਣਾ ਫੋਨ ਔਨ ਰੱਖੀ। ਕਿਉਂ ਮੇਰੀ ਲਾਡੋ ਧੀ ਨੂੰ ਤੰਗ ਕਰਦਾ? ਮੈਂ ਕੁਛ ਨਹੀਂ ਕਿਹਾ ਬਾਪੂ ਇਹਨੂੰ, ਇਹੀ ਸਿਧਰੀ ਜੀ ਪਹਿਲਾਂ ਮੇਰੇ ਵਾਲ ਪੱਟ ਕੇ ਆਈ ਆ। ਨਹੀਂ ਬਾਪੂ ਜੀ, ਮੈਂ ਤਾਂ ਵੀਰੇ ਦਾ ਹੇਅਰ ਸਟਾਈਲ ਠੀਕ ਕਰਦੀ ਸੀ। ਨਾ ਪੁੱਤ, ਇੰਨੀ ਚੌੜ ਨਹੀਂ ਕਰੀਦੀ ਹੁੰਦੀ, ਹੁਣ ਸੌਖਣਾ ਤੁਸੀਂ ਦੋਨੋਂ ਵਿਆਹੁਣ ਵਾਲੇ ਹੋ। ਨਹੀਂ ਬਾਪੂ, ਮੈਂ ਨਹੀਂ ਪਹਿਲਾਂ ਵਿਆਹ ਕਰਾਉਣਾ, ਪਹਿਲਾਂ ਪੈਦਾ ਕਰਾਂਗੇ ਕਮਲੀ ਦਾ, ਇਹਦੇ ਤੇ ਭਾਲਾਂਗੇ ਨਾਲੇ ਕਮਲਾ ਯਾਰ ਰਾਜ ਕੁਮਾਰ। ਕੋਈ ਨਹੀਂ ਪੁੱਤ, ਕਰਾਂਗੇ ਤੁਹਾਡੀਆਂ ਸਭ ਰੀਝਾਂ ਪੂਰੀਆਂ। ਚੱਲ ਹੁਣ ਆਪਾਂ ਖੇਤਾਂ ਨੂੰ ਗੇੜਾ ਮਾਰ ਕੇ ਆਈਏ। ਆਇਆ ਬਾਪੂ। ਮਾਂ ਬਾਪੂ ਜੀ ਕੀ ਕਹੀ ਜਾਂਦੇ ਆ, ਮੈਂ ਨਹੀਂ ਵਿਆਹ ਕਰਾਉਣਾ ਹੈਗਾ। ਨਾ ਮੇਰਾ ਪੁੱਤ, ਧੀਆਂ ਤਾਂ ਰਾਜੇ ਰਾਣੀਆਂ ਨੇ ਨਹੀਂ ਰੱਖੀਆਂ, ਅਸੀਂ ਕਿੱਥੋਂ ਰੱਖ ਲੈਣੀਆਂ। ਕੁੜੇ ਕਮਲ ਆ। ਹਾਂ ਚਾਚੀ, ਆ ਜਾਓ ਲੰਘੇ ਆਓ। ਹੋਰ ਚਾਚੀ ਕਿਵੇਂ ਆਈ ਸੀ? ਕੁੜੇ ਕਮਲ, ਮੇਰਾ ਤਾਂ ਦੁੱਖ ਦੇਣਾ ਗੋਡਾ ਹੀ ਬੜਾ ਦੁੱਖਦਾ। ਮੈਂ ਤਾਂ ਤੇਰੇ ਤੋਂ ਗੋਡਿਆਂ 'ਤੇ ਲਾਉਣ ਵਾਲਾ ਤੇਲ ਲੈਣ ਆਈ ਸੀ। ਮਸਾਂ ਠੀਕ ਹੋਇਆ ਸੀ, ਨੂੰਹ ਦੀ ਰਿਸ਼ਤੇਦਾਰੀ 'ਚ ਮਰਗ ਹੋ ਗਈ, ਉਹਨੂੰ ਉੱਥੇ ਜਾਣਾ ਪੈ ਗਿਆ, ਮੈਨੂੰ ਘਰ ਦਾ ਕੰਮ ਕਰਨਾ ਪੈ ਗਿਆ, ਇਹ ਹੋਰ ਦੁੱਖਣ ਲੱਗ ਪਿਆ। ਨਾ ਹਾਂ ਚਾਚੀ, ਕੀ ਹੋ ਗਿਆ ਸੀ? ਪੁੱਤ ਕੀ ਦੱਸਾਂ, ਉਹਨਾਂ ਦੀ ਕੁੜੀ ਦੀ ਕਿਸੇ ਮੁੰਡੇ ਨਾਲ ਗੱਲਬਾਤ ਸੀ, ਰਾਤ ਨੂੰ ਸਾਰੇ ਟੱਬਰ ਨੂੰ ਨੀਂਦ ਦੀਆਂ ਗੋਲੀਆਂ ਪਾਤੀਆਂ, ਗੋਲੀਆਂ ਨੇ ਕਿਤੇ ਅਸਰ ਨਾ ਕੀਤਾ ਅਤੇ ਭਰਾ ਦੀ ਰਾਤ ਨੂੰ ਅੱਖ ਖੁੱਲ੍ਹ ਗਈ। ਭਰਾ ਨੇ ਨਾਲੇ ਕੁੜੀ ਨੂੰ ਮਾਰਤਾ, ਨਾਲੇ ਮੁੰਡੇ ਨੂੰ ਮਾਰਤਾ, ਅਤੇ ਅਣਖ ਦੀ ਖਾਤਰ ਆਪ ਫਾਹਾ ਲੈ ਕੇ ਮਰ ਗਿਆ। ਹੱਸਦਾ ਵੱਸਦਾ ਪਰਿਵਾਰ ਖੇਰੂ ਖੇਰੂ ਹੋ ਗਿਆ। ਚਾਚੀ ਮੈਨੂੰ ਤਾਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਹੋ ਕੀ ਗਿਆ, ਚਾਰ ਦਿਨਾਂ ਦੇ ਪਿਆਰ ਦੀ ਖਾਤਰ ਮਾਂ ਬਾਪ ਦੀ ਇੱਜ਼ਤ ਮਿੱਟੀ 'ਚ ਰੋਲ ਦਿੰਦੀਆਂ ਨੇ। ਚਾਚੀ ਤਾਂ ਹੀ ਲੋਕ ਧੀਆਂ ਜੰਮਣ ਤੋਂ ਡਰਦੇ ਨੇ, ਕਲਯੁੱਗ ਆ ਕਲਯੁੱਗ। ਹਾਂ ਪੁੱਤ, ਉਹ ਤਾਂ ਹੈਗਾ ਹੀ ਆ। ਚੱਲ ਤੂੰ ਮੈਨੂੰ ਤੇਲ ਲਿਆ ਦੇ, ਮੈਂ ਜਾਵਾਂ। ਲਾਡੋ, ਪੁੱਤ ਲਾਡੋ ਸੁਣਦੀ ਨੀ? ਹਾਂ ਮਾਂ ਸੁਣਦੀ ਨੀ? ਕੀ ਮਾਂ?
ਉਹ ਗੋਡਿਆਂ ਤੇ ਲਾਉਣ ਵਾਲਾ ਤੇਲ ਲਿਆ ਦੇ, ਬੈੱਡ ਦੇ ਸਿਰਾਣੇ ਪਿਆ, ਚਾਚੀ ਨੂੰ ਦੇਣਾ। ਲਿਆਉਂਦੀ ਆ ਮਾਂ। ਪੁੱਤ ਕੀ ਦੱਸਾਂ, ਉਹਨਾਂ ਦੀ ਕੁੜੀ ਦੀ ਕਿਸੇ ਮੁੰਡੇ ਨਾਲ ਗੱਲਬਾਤ ਸੀ। ਰਾਤ ਨੂੰ ਸਾਰੇ ਟੱਬਰ ਨੂੰ ਨੀਂਦ ਦੀਆਂ ਗੋਲੀਆਂ ਪਾਤੀਆਂ, ਗੋਲੀਆਂ ਨੇ ਕਿਤੇ ਅਸਰ ਨਾ ਕੀਤਾ ਤੇ ਭਰਾ ਦੀ ਰਾਤ ਨੂੰ ਅੱਖ ਖੁੱਲ ਗਈ। ਭਰਾ ਨੇ ਨਾਲੇ ਕੁੜੀ ਨੂੰ ਮਾਰਤਾ, ਨਾਲੇ ਮੁੰਡੇ ਨੂੰ ਮਾਰਤਾ ਤੇ ਅਣਖ ਦੀ ਖਾਤਰ ਆਪ ਫਾਹਾ ਲੈ ਕੇ ਮਰ ਗਿਆ। ਹੱਸਦਾ ਵੱਸਦਾ ਪਰਿਵਾਰ ਖੇਰੂ ਖੇਰੂ ਹੋ ਗਿਆ। ਮੈਂ ਇੱਦਾਂ ਕਦੇ ਨਹੀਂ ਕਰ ਸਕਦੀ। ਮੈਂ ਆਪਣੇ ਮਾਂ ਪਿਓ ਤੇ ਭਰਾ ਨੂੰ ਮਰਦਾ ਹੋਇਆ ਨਹੀਂ ਵੇਖ ਸਕਦੀ। ਹੈਲੋ। ਹਾਂ, ਫੋਨ ਨਹੀਂ ਚੱਕਦੀ ਤੂੰ? ਮੇਰਾ ਫੋਨ ਚਾਰਜ 'ਤੇ ਲੱਗਾ ਹੋਇਆ ਸੀ। ਹਾਂ ਦੱਸੋ। ਨਾ ਦੱਸਣਾ ਕੀ ਹੈ? ਉਹ ਗੋਲੀਆਂ ਪਾਤੀਆਂ ਜਿਹੜੀਆਂ ਤੈਨੂੰ ਮੈਂ ਕਿਹਾ ਸੀ? ਨਹੀਂ, ਮੈਂ ਨਹੀਂ ਪਾਈਆਂ। ਕਿਉਂ? ਦੇਖ ਗੁਰੀ, ਮੈਂ ਤੈਨੂੰ ਪਿਆਰ ਤਾਂ ਬਹੁਤ ਕਰਦੀ ਹਾਂ, ਪਰ ਇੱਕ ਸਾਲ ਦੇ ਪਿਆਰ ਲਈ ਮੈਂ ਆਪਣੇ ਪਰਿਵਾਰ ਨਾਲ ਐਡਾ ਵੱਡਾ ਧੋਖਾ ਨਹੀਂ ਕਰ ਸਕਦੀ। ਮਾਪੇ ਇਸੇ ਗੱਲੋਂ ਡਰਦੇ ਤਾਂ ਧੀਆਂ ਨੂੰ ਕੁੱਖਾਂ ਵਿੱਚ ਮਾਰ ਦਿੰਦੇ ਨੇ, ਅਤੇ ਮੈਂ ਨਹੀਂ ਚਾਹੁੰਦੀ ਕਿ ਮੇਰੀ ਇਸ ਗਲਤੀ ਕਰਕੇ ਮੇਰੇ ਭਰਾ ਅਤੇ ਪਿਓ ਨੂੰ ਸਿਰ ਨੀਵਾਂ ਕਰਕੇ ਚੱਲਣਾ ਪਵੇ। ਮੈਂ ਆਪਣੇ ਮਾਪਿਆਂ ਨੂੰ ਮਰਦਿਆਂ ਹੋਇਆਂ ਨਹੀਂ ਦੇਖ ਸਕਦੀ। ਓਏ, ਆਏ ਨਹੀਂ ਮਰਦੇ ਤੇਰੇ ਘਰ ਦੇ, ਤੈਨੂੰ ਮੈਂ ਕਹਿਤਾ ਨਾ? ਸੋਰੀ ਗੁਰੀ, ਮੈਂ ਇਹ ਕੰਮ ਨਹੀਂ ਕਰ ਸਕਦੀ। ਜੇ ਤੂੰ ਮੈਨੂੰ ਸੱਚਾ ਪਿਆਰ ਕਰਦਾ ਨਾ, ਤਾਂ ਮੇਰੇ ਮਾਪਿਆਂ ਨਾਲ ਗੱਲ ਕਰਕੇ ਮੈਨੂੰ ਸਰਦਾਰਾਂ ਵਾਂਗੂ ਵਿਆਹ ਕੇ ਲੈ ਜਾ, ਤਾਂ ਜੋ ਮੇਰੇ ਮਾਪਿਆਂ ਦੀ ਇੱਜ਼ਤ ਸਮਾਜ ਵਿੱਚ ਬਣੀ ਰਹੇ। ਉਹ ਮੈਨੂੰ ਪਤਾ ਸੀ ਤੇਰਾ, ਤੂੰ ਕਿਹੜਾ ਪਿਆਰ ਕਰਦੀ ਸੀ, ਟਾਈਮ ਪਾਸ ਹੀ ਕਰਦੀ ਸੀ ਮੇਰੇ ਨਾਲ। ਚੱਲ ਠੀਕ ਹੈ, ਮਰ ਗਈ ਤੂੰ ਮੇਰੇ ਲਈ ਅੱਜ ਤੋਂ। ਠੀਕ ਹੈ ਫਿਰ, ਜਿਵੇਂ ਤੈਨੂੰ ਠੀਕ ਲੱਗੇ। ਮਾਣ ਰਹੇ ਤੇ
ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਦੇ ਆਈਕਨ 'ਤੇ ਕਲਿੱਕ ਕਰੋ। ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ ਜੀ।